ਅਸਲਾਮ ਵਾਲੇਕਮ ਦੋਸਤੋ, ਤੁਸੀਂ ਵੇਖਦੇ ਪਏ ਪਾਕ ਵਤਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਹਰ ਨਹੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਦੋਸਤਾਂ ਤੱਕ ਬਆਸਾਨੀ ਪਹੁੰਚ ਸਕੇ। ਤੁਸੀਂ ਉਹ ਵੀਡੀਓ ਵੇਖਦੇ ਰਹੋ ਔਰ ਜਾਨਵਰ ਪਸੰਦ ਕਰਦੇ ਰਹੋ। ਅੱਜ ਦੀ ਵੀਡੀਓ ਦੋਸਤੋ ਮਾਸ਼ਾਅੱਲਾ ਜੋਟੀਏ ਬਹੁਤ ਹੀ ਕਮਾਲ ਦੀ, ਬਿਲਕੁਲ ਪਿਓਰ ਨੀਲੀ ਦਾ ਖਾਸ ਨਗੀਨਾ ਦੋਸਤਾਂ ਵਾਸਤੇ ਤੋਹਫਾ ਹੈ। ਕੈਮਰਾਮੈਨ ਜੋਟੀ ਨਜ਼ਰ ਗਵਾਉਂਦਾ ਪਿਆ ਹੈ। ਮਾਸ਼ਾਅੱਲਾ ਬੜੀ ਖੂਬਸੂਰਤ ਸਿੰਗੀ ਹੈ, ਗੋਲ ਕੜੇ ਦੋਵਾਂ ਸਿੰਗੀਆਂ ਦੇ ਮਾਸ਼ਾਅੱਲਾ ਬਿਲਕੁਲ ਇੱਕੋ ਜਿਹੇ ਬਰਾਬਰ ਤੇ ਨਿੱਕੀ ਨਿੱਕੀ ਸਿੰਗੀ ਮੋੜ ਤੇ ਬਿਲਕੁਲ ਕੱਠਾਂ ਦੇ ਸੈਂਟਰ ਦੇ ਵਿੱਚ ਰੱਖੀ ਖੜੀ ਹੈ। ਮਾਸ਼ਾਅੱਲਾ ਅੱਖ ਬੜੀ ਪਿਆਰੀ ਹੈ ਜੋਟੀ ਨੂੰ, ਕੁੱਲੀ ਬੜੀ ਸੋਹਣੀ ਲੱਗੀ ਹੋਈ ਹੈ ਛੋਟੀ ਜਿਹੀ। ਮਾਸ਼ਾਅੱਲਾ ਉਵੇਂ ਨਾਲ ਨਾਲ ਕੋਪਰੀ ਛੋਟੀ ਜਿਹੀ ਬੁੱਤ ਹੀ ਵੇਖਣੀ ਹੈ ਜੋਟੀ ਦੀ, ਕਿੱਡੀ ਖੂਬਸੂਰਤ ਹੈ। ਕੰਨ ਮਾਸ਼ਾਅੱਲਾ ਛੱਜਾਂ ਵਰਗੇ ਸੂੰ, ਕੰਨਾਂ ਦੀਆਂ ਕਰੂੰਬਲਾਂ ਮੁੜੀਆਂ ਹੋਈਆਂ ਸੂੰ। ਕੰਨੀ ਮਾਝ ਦੀ ਵੇਖਣੀ ਹੈ ਬਿਲਕੁਲ ਸਿੰਪਲ ਜਿਹੀ ਛੋਟੀ ਜਿਹੀ ਕਟੀਆਂ ਵਰਗੀ। ਮਾਸ਼ਾਅੱਲਾ ਲੈ ਥੋੜ੍ਹੀ ਧੋਣ ਲੰਮੀ ਹੈ, ਮੋਢੇ ਵਿੱਚ ਠੱਕੇ ਹੋਏ ਨੇ। ਮਾਸ਼ਾਅੱਲਾ ਕਮੇ ਦਾ ਜ਼ਰਾ ਹੀ ਨਿਸ਼ਾਨ ਨਹੀਂ, ਕੋੜੀ ਬਿਲਕੁਲ ਨਹੀਂ ਹੈ। ਮੱਝ ਦੇ ਪੈਰ ਵੇਖਣੇ ਨੇ, ਪਹਿਲਾਂ ਜੋਟੀਓ ਤੇ ਬੜੇ ਪਾਵਰ ਵਾਲੇ ਮਜ਼ਬੂਤ ਮਾਸ਼ਾਅੱਲਾ ਗੁਰਿਆਂ ਵਰਗੇ ਨੌ ਵੇਖਣੇ ਨੇ। ਫਿਰ ਜੈਨ ਮਨ ਦੱਸੇ ਹੋਏ ਨੇ ਜੋਟੀ ਨੂੰ, ਫੁਰਦੀ ਫਿਰਦੀ ਔਰ ਛੇੜ ਵਾਲੀ ਜੋਟੀ। ਮਾਸ਼ਾਅੱਲਾ ਕੱਦ ਬੜੇ ਵੱਡੇ ਸੂ, ਨਾ ਕੋਈ ਕੋੜੀ ਦਾ ਨਿਸ਼ਾਨ ਹੈ ਨਾ ਦੁਨੀ ਦਾ ਹੈ। ਕੰਢ ਜੋਟੀ ਦੀ ਤੀਰ ਸਿੱਧੀ ਪੱਧਰੀ ਗਾਡਾ ਵਰਗੀ ਹੈ, ਛੋਟੀ ਛੋਟੀ ਰੱਖੀ ਹੈ। ਮੱਝ ਦਾ ਕੱਦ ਦੋਸਤੋ ਅੰਦਾਜ਼ਾ ਖੁਦ ਲਾ ਲੈਣਾ, ਇੱਕ ਸਾਈਡ ਤੋਂ ਬੰਦਾ ਖਲੋਵੇ ਮੱਥੇ ਦੇ ਬਰਾਬਰ ਤੇ ਆਉਂਦੀ ਹੈ ਔਰ ਦੁਨੀ ਐਂ ਡੋਡੇ ਜਿਹੜਾ ਬੁੱਚ ਨਜ਼ਰ ਨਹੀਂ ਆ ਰਹੀ ਆ। ਮਾਸ਼ਾਅੱਲਾ ਡਾਕਾਂ ਵੇਖਣੀਆਂ ਨੇ ਚੱਕੀਆਂ ਹੋਈਆਂ ਕਿੱਡੀਆਂ ਖੂਬਸੂਰਤ। ਪੁੱਠਾ ਪਰਾਤ ਜਿਹੜਾ ਚੌੜਾ ਸਿੰਗਲ ਹੱਡੀ ਸੈਂਟਰ ਵਾਲੀ ਗਿੱਟ ਜਿਹੜੀ ਉੱਚੀ। ਮਾਸ਼ਾਅੱਲਾ ਕੈਮਰਾਮੈਨ ਵਾਨੇ 'ਤੇ ਆ ਗਿਆ ਹੈ। ਮਾਸ਼ਾਅੱਲਾ ਡੇਢ ਫੁੱਟ ਦਾ ਚੌੜਾ ਵਾਨਾ। ਮਾਸ਼ਾਅੱਲਾ ਸੈਂਟਰ ਵਾਲੀ ਹੱਡੀ ਵੇਖਣੀ ਹੈ ਗਿੱਟ ਜਿਹੜੀ, ਮਾਸ਼ਾਅੱਲਾ ਚੱਕੀ ਹੋਈ ਬਿਲਕੁਲ ਸਿੰਗਲ। ਕੁੱਡਾ ਵੇਖਣਾ ਹੈ ਪੂਰੇ ਫੁੱਟ ਡੇਢ ਦਾ ਖੁੱਲ੍ਹਾ ਔਰ ਪੂਛਲ ਕੁੱਡੇ 'ਚੋਂ ਨਿਕਲਦਿਆਂ ਸਾਰ। ਮਾਸ਼ਾਅੱਲਾ ਇੰਝ ਹੈ ਜਿਵੇਂ ਧਾਗਾ ਹੁੰਦਾ ਹੈ, ਬਸ ਇੱਕ ਰੰਗ ਸਿਆਹ ਕਾਲੀ ਮੱਝ ਹੈ। ਪੂਛਲ ਦਾ ਸਿੱਟਾ ਫੁੱਟ 'ਚ ਦਾ ਸਫੈਦ ਹੈ ਸੂੰ। ਮਾਸ਼ਾਅੱਲਾ ਉੱਚਾ ਤੀਰ ਸਿੱਧੀਆਂ ਪੱਧਰੀਆਂ। ਮਾਸ਼ਾਅੱਲਾ ਫੁੱਟ ਫੁੱਟ ਪਿੱਛਾਂ ਨਿਕਲੀ ਵਧੀ ਹੈ ਔਰ ਅੰਗੂਠੇ ਅੰਗੂਠੇ ਜਿਹੜਾ ਜੋਟੀ ਨੂੰ ਥਾਣੇ, ਮਾਸ਼ਾਅੱਲਾ ਮੁੱਠ ਮੁੱਠ ਦਾ ਥਾਣੇ ਔਰ ਮਾਸ਼ਾਅੱਲਾ ਵਿਰਲਾਂ ਬੜੀਆਂ ਖੂਬਸੂਰਤ ਨੇ। ਪਿਛਲੀ ਸਾਈਡ ਤੋਂ ਵੀ ਗਿੱਠ ਡੂਟ ਦੀ ਵਿਰਲ ਹੈ, ਸਾਈਡਾਂ ਤੋਂ ਵੀ ਗਿੱਠ ਡੂਟ ਵਿਰਲ ਹੈ ਔਰ ਐਡਾ ਐਡਾ ਮੋਟਾ ਰਸਗੁੱਲਾ ਲੱਗਾ ਥਣ, ਚਾਰੇ ਥਣ ਆਪੋ ਆਪਦੀ ਜਗ੍ਹਾ 'ਤੇ ਇੰਝ ਖੜੇ ਨੇ ਜਿਵੇਂ ਪੀੜ੍ਹੀ ਨੂੰ ਪਾਵੇ ਹੁੰਦੇ ਨੇ ਔਰ ਚਵਾਂ ਥਣਾਂ 'ਤੇ ਮਾਸ਼ਾਅੱਲਾ ਬਿਲਕੁਲ ਬਰਾਬਰ 'ਤੇ ਚੱਡਾ ਹੈ। ਇੰਝ ਲੱਗਦਾ ਪਿਆ ਜਿਵੇਂ ਚਾਰ ਚੱਡਿਆਂ ਵਾਲੀ ਮੱਝ ਹੈ। ਮਾਸ਼ਾਅੱਲਾ ਅਤੇ ਚੱਡੇ ਦੀ ਡਾਲ ਵਾਲ ਵੇਖਣੀ ਹੈ ਕਿੱਡੀ ਖੂਬਸੂਰਤ, ਬਿਲਕੁਲ ਹੀ ਬਰਾਬਰ 'ਤੇ ਆ ਰਹੀ ਹੈ, ਸੂ ਤੱਕ ਆ ਰਹੀ ਹੈ ਅਗਲੀ ਸਾਈਡ ਤੋਂ ਮਾਸ਼ਾਅੱਲਾ ਦੁਨੀ ਤੱਕ। ਮਾਸ਼ਾਅੱਲਾ ਹੁਣ ਬੁਲਾਵਾਂਗੇ ਮਾਲਕ ਨੂੰ, ਉਹਦੇ ਕੋਲ ਸਾਰੀਆਂ ਗੱਲਾਂ ਵਾਸਤੇ ਪੁੱਛਾਂਗੇ। ਭਾਈ ਜਾਨ ਆਓ ਖਾ ਇੱਥੇ। ਅੱਛਾ ਚਵਾਈ ਕਰ ਲਵੀ, ਹੁਣ ਟਾਈਮ ਹੋਇਆ ਖੜਾ, ਚਲੋ ਪੜੋ ਬਿਸਮਿਲ੍ਲਾ ਲਾਓ ਬੱਚੇ। ਹੈ ਦੋਸਤੋ ਸ਼ਾਮ ਹੋ ਰਹੀ ਹੈ, ਤਕਰੀਬਨ 5:30 ਦਾ ਟਾਈਮ ਹੈ, ਚਵਾਈ ਕਰਨ ਲੱਗੇ ਹੈ, ਉਹ ਵੀ ਦੋਸਤਾਂ ਦੇ ਸਾਹਮਣੇ ਆ ਜਾ ਸੀ। ਮਾਸ਼ਾਅੱਲਾ ਬਾਕੀ ਜੋਟੀ ਇਨਤਹਾਈ ਖੂਬਸੂਰਤ ਹੈ, ਪੰਡਾਂ ਦੇ ਮਾਨਣ ਵਾਲੀ ਅਤੇ ਮੁੱਲ ਦੀ ਵੀ ਕੋਸ਼ਿਸ਼ ਫੁੱਲ ਕਰਾਂਗੇ ਕਿ ਇਨਤਹਾਈ ਮੁਨਾਸਿਬ ਕਮਾਵਾਂਗੇ। ਜਿਵੇਂ ਕਿ ਪਹਿਲਾਂ ਹੀ ਦੋਸਤਾਂ ਨੂੰ ਪਤਾ ਹੈ ਕਿ ਮੁੱਲ ਮੁਨਾਸਿਬ ਹੁੰਦੇ ਨੇ। ਹੈ ਜੀ ਬੱਚਾ ਲੱਗ ਗਿਆ ਮਾਝ ਥੱਲੇ, ਹੁਣ ਚਵਾਈਆਂ ਖੁਦ ਕਰਾਂਗੇ, ਸਾਰੀਆਂ ਗੱਲਾਂ ਦੋਸਤਾਂ ਦੇ ਸਾਹਮਣੇ ਆ ਜਾ ਸਨ। ਮਾਸ਼ਾਅੱਲਾ ਸਾਰੇ ਥਣਾਂ ਨੂੰ ਘੁਮਾ ਦੀ, ਆਏ ਤੁਸੀਂ ਬਹੁਤ ਥੋੜ੍ਹਾ ਜੋੜ।
ਥੱਲੇ ਮਾਝ ਤੇ ਖੱਟਾ ਦੋਸਤੋ, ਤਾਜ਼ੀ ਸੂਈ ਹੋਈ ਹੈ ਬਿਲਕੁਲ। ਬਾਕੀ ਮਾਲਕਾਂ ਦੀ ਜ਼ਬਾਨੀ ਵੀ ਤਸੱਲੀ ਕਰਾਂਗੇ, ਠੀਕ ਹੈ ਠੀਕ ਹੈ, ਸੂਈ ਨੂੰ ਹਲਾ ਦੀ ਵੰਗਾ, ਠੀਕ ਹੈ ਇੱਥੇ ਪਿਆਰ, ਠੀਕ ਹੈ ਇੱਥੇ ਵੰਗਾ ਲਾ ਤੂੰ। ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ? ਅੱਜ 7 ਦਿਨ ਹੋ ਗਏ। 7ਵਾਂ ਦਿਨ ਨੇ ਅੱਜ ਸੂਈ ਨੂੰ, ਮਾਸ਼ਾ ਅੱਲਾ। ਥੱਲੇ ਕੱਟਾ ਸੂ, ਇੱਕ ਲੀਟਰ ਦਾ ਪੂਰਾ ਪਮਾਨਾ ਜਿਹੜਾ ਉਹ ਵੀ ਲਿਆ ਕੇ ਰੱਖੀ, ਪੂਰਾ ਲੀਟਰ ਦਾ ਹੋਵੇ। ਕੱਚਾ ਕੱਪੜਾ ਪਾਏ ਇੱਥੇ ਦੋਸਤੋ, ਥਣ ਵੇਖ ਲੈਣੇ ਨੇ ਮਾਸ਼ਾਅੱਲਾ, ਪੱਛਮੀ ਹੋਈ ਮੱਝ, ਕਿਤੇ ਥਣ ਵਿੰਗੇ ਸ਼ਿੰਗੇ ਵਿੰਗੇ ਨਹੀਂ ਕੀਤੇ ਸੂ ਜਿੱਥੇ ਪਹਿਲੇ ਸਨ, ਪੱਛਮੀ ਹੋਈ ਮਾਸ਼ਾਅੱਲਾ, ਚਮਾਂ ਥਾਣਾਂ 'ਤੇ ਇੰਝ ਠੁੱਕੀ ਜਿਵੇਂ ਕਿੱਲੇ ਠੋਕ ਦਿੱਤੇ ਸੂ, ਔਰ ਥਣ ਬਿਲਕੁਲ ਸਿੱਧੇ ਤੀਰ ਖੜੇ ਨੇ। ਬਾਅਦ ਔਕਾਤ ਮੱਝਾਂ ਪੱਛਮਿੰਦੀਆਂ ਨੇ, ਥਾਣਾ ਇੰਝ ਕਰ ਜਾਂਦੀਆਂ ਨੇ, ਮਾਸ਼ਾਅੱਲਾ ਬੜੀ ਨੌਕਰੀ ਪੈ ਲੈਣੇ। ਬਾਲਟੀ ਪੁੱਠੀ ਕਰ ਲਾ, ਮਾਸ਼ਾਅੱਲਾ।
ਆ ਦੋਸਤੋ ਗਾੜੀ ਵੇਖ ਲੈਣੀ ਮਾਸ਼ਾਅੱਲਾ ਤੇ ਨਹੀਂ ਤਾਂ ਮਿੱਤਰੀ ਗਰਮ ਚਾਰ ਹੈ ਤਕਰੀਬਨ ਠੰਡੀ ਕਰਕੇ ਮਿਣੀ ਜਾਵੇ 3 ਲੀਟਰ ਠੰਡੀ 3 ਲੀਟਰ ਬੜੇ ਪਿਆਰੇ ਨੇ ਜੋਟੀ ਤੇ ਮਾਸ਼ਾਅੱਲਾ ਚੋਰੀ ਮਾਰ ਦੂਜਾ ਬਰਤਨ ਲਿਆ ਓਕੇ ਡੋਲਣ ਦਾ ਕਿੰਨੀ ਫਾਇਦਾ ਬਰਤਨ ਜੋ ਹੈ ਪਰਲੀ ਬਾਲਟੀ ਜੋ ਰੱਖਦੇ ਉਹਦੇ ਗੋਡੇ ਦੇ ਨਾਲ ਹੀ ਪਰਲੀ ਸਰ ਚੱਲ ਠੀਕ ਜੋਟੀ ਦੋਸਤੋ ਮਾਸ਼ਾਅੱਲਾ ਪੂਰੀ ਕਾਗਜ਼ੀ ਹੈ ਬਿਲਕੁਲ ਪੂਰੀ ਬਰੀਕ ਹੈ ਕੱਚ ਦੀਆਂ ਮਾਸ਼ਾਅੱਲਾ ਅੱਡੀਆਂ ਨੇ ਅਤੇ ਦੁੱਧ ਦੀ ਮਾਸ਼ਾਅੱਲਾ ਨਹਿਰ ਹੈ ਜਿਹੜੇ ਦੋਸਤ ਦੇ ਨਸੀਬ ਵਿੱਚ ਇਨਸ਼ਾਅੱਲਾ ਦਵਾ ਦੇ ਸੀ ਬਰਤਨ ਵੀ ਕੋਈ ਹੋਰ ਲਿਆ ਦੋਸਤੋ ਮਾਸ਼ਾਅੱਲਾ ਜੋਟੀ ਵਾਨੇ ਦਾ ਬੜਾ ਸੋਹਣਾ ਝਾੜ ਕੀਤਾ ਨਿਚੜ ਗਈ ਮੁਕੰਮਲ
ਉਰਲੀ ਬਾਲਟੀ ਥੋੜ੍ਹੀ ਭਰਿਆ ਕਰੀ, ਉਰਲੀ ਭਰਿਆ ਕਰੀ ਥੋੜ੍ਹੀ ਉਹਦੇ ਨਾਲ ਬਰਾਬਰ, ਬਹੁਤ ਭਰਿਆ ਕਰ ਦੇ ਬਸ। ਇਹਨੂੰ ਹਿਲਾ ਨਹੀਂ ਦੀ, ਮੈਂ ਤਾਂ ਉੱਧਰ ਹਿਲਾ ਅੱਛਾ ਵੀ ਲਾ ਲਿਆ। ਵੀਡੀਓ ਲੰਬੀ ਹੋ ਜਾਣੀ ਹੈ, ਨਾਲ ਨਾਲ ਆਪਾਂ ਹੁਣ ਗੱਲਾਂ ਬਾਤਾਂ ਹੀ ਕੀਤੀ ਜਾਈਏ। ਕਿੰਨਵਾਂ ਸੁਬਹ ਸੋਈਏ, ਥੱਲੇ ਬੈਠ ਜਾ, ਥੱਲੇ ਬੈਠ ਜਾ, ਥੱਲੇ ਬੈਠ ਜਾ, ਬੈਠ ਜਾ ਥੱਲੇ, ਇੱਥੇ ਬੈਠ ਜਾ ਤੂੰ। ਜੀ ਲਾ ਲਾ ਜੀ, ਸੁਬਹ ਕਿੰਨਵਾਂ ਸੋਈਏ ਜੀ? ਪਹਿਲਾਂ ਸੁਬਹ ਸੋਈ, ਸੱਤ ਅੱਠ ਦਿਨ ਹੋ ਗਏ ਸੋਈ ਨੂੰ, ਸੱਤਵਾਂ ਦਿਨ। ਥੱਲੇ ਕੀ ਹੈ ਜੀ? ਥੱਲੇ ਕੱਟਾ, ਮਾਸ਼ਾ ਅੱਲਾਹ ਜੀ। ਦੋਸਤੋ ਗੜਵੀਆਂ ਵੀ ਵੱਜ ਜਾਂਦੀਆਂ ਨੇ, ਨਾਲ ਨਾਲ ਤੁਹਾਨੂੰ ਸਾਰੀ ਮਾਲੂਮਾਤ ਵੀ ਲੈ ਕੇ ਦਿੰਦੇ ਹਾਂ, ਦੁੱਧ ਦੀ ਵੀ ਤਸੱਲੀ ਹੋ ਜਾਏਗੀ। ਅੱਛਾ, ਠੰਡਾ ਦੁੱਧ ਜਿਹੜਾ ਮਿਸਾਲ ਦੇ ਤੌਰ 'ਤੇ ਆਪਾਂ ਚਾਰ ਚੁਆਈਆਂ ਹੀ ਕੋਈ ਕਰਨੀਆਂ ਚਾਹੇ ਤਾਂ ਕਰਾ ਦੇਈਏ, ਉਹ ਕਿੰਨਾ ਡਿਊਟੀ ਹੈ ਇਸ ਟਾਈਮ? ਆਦਰ 14 ਲੀਟਰ, ਭਾਵੇਂ ਕੋਈ 10 ਮੇਰੀ ਵਿੱਚ ਹੋਵੇ। ਮਾਸ਼ਾ ਅੱਲਾਹ, ਕਿਆ ਬਾਤ ਹੈ, 14 ਲੀਟਰ ਦੀ ਫੈਮਿਲੀ ਗਰੰਟੀ ਹੈ ਜੀ। ਅੱਲਾਹ ਖੈਰ ਕਰਸੀ ਇਨਸ਼ਾ ਅੱਲਾਹ। ਬਿਸਮਿਲ੍ਲਾ ਕਰੋ ਜੀ, ਇੱਕ ਆ ਜੀ, ਦੋ ਆ ਜੀ, ਤਿੰਨ। ਪੈਸੇ ਜੀ ਜਿਹੜੇ ਲੈ ਲੈਣੇ ਨੇ ਨਾ ਉਹ ਦੱਸਣੇ ਨੇ, ਉੱਥੇ ਜਿਹੜੇ ਇਜ਼ਾਫੀ ਮੰਗਣੇ ਨੇ ਜਾਂ ਜਿਹੜਾ ਜਿਹੜਾ ਝਗੜਾ ਰੱਖਣਾ ਉਹਨਾਂ ਦਾ ਫਾਇਦਾ ਕੋਈ ਨਹੀਂ। ਪੱਕੀਆਂ ਗੱਲਾਂ ਜਿਹੜੀਆਂ ਨੇ ਉਹ ਪੈਸੇ ਦੱਸਣੇ ਨੇ। ਦੋਸਤੋ ਬਿਲਕੁਲ ਪਾਣੀ ਵਰਗਾ ਕਰਕੇ ਕੋਸ਼ਿਸ਼ ਕਰ ਰਹੇ ਮਿਲਣ ਦੀ, ਔਰ ਪੈਮਾਨਾ ਇਹਨੂੰ ਵੀਡੀਓ ਦੇ ਵਿੱਚ ਬਿਲਕੁਲ ਚੈੱਕ ਕਰ ਲੈਣਾ, ਔਰ ਇਹਦੀ ਨਿਸ਼ਾਨੀ ਕੋਈ ਜ਼ਿਹਨ 'ਚ ਰੱਖ ਲੈਣੀ ਹੈ ਕਿ ਇਹ 15 ਸ਼ਾਰਕਾਂ ਦਾ ਵੀ ਹੋਵੇ ਤਾਂ ਉਸ ਚੀਜ਼ ਦੀ ਵੀ ਗਰੰਟੀ ਹੈ। ਬੱਚੇ ਤਾਂ ਦੋਸਤੋ ਦੁੱਧ ਤਕਰੀਬਨ ਕੋਈ ਲੀਟਰ 1.25 ਲੀਟਰ ਦੇ ਕੇ ਠੰਡੇ ਦੁੱਧ ਦੀਆਂ ਚੁਆਈਆਂ ਜੁੱਟ ਦੀਆਂ ਦੋਵਾਂ ਟਾਈਮਾਂ ਦੀਆਂ 14 ਲੀਟਰ ਦੀਆਂ। ਹਾਂਜੀ, ਕੀ ਹੁਕਮ ਨੇ ਜੀ? ਪੱਕੀਆਂ ਗੱਲਾਂ ਹੋਣ, ਫਰਕ ਨਹੀਂ ਰੱਖਣਾ, ਪੱਕੀਆਂ ਠੱਕੀਆਂ ਲੋਹੇ ਵਰਗੀਆਂ। ਮੁੱਲ ਹੈਗਾ ਜੀ 5,40,000 ਰੁਪਏ। ਅਤੇ ਜਿਹੜੇ ਲੈ ਲੈਣੇ ਨੇ ਉਹ ਕਿੰਨੇ ਨੇ, ਜਿਹਦੇ 'ਚ ਵੱਧ ਘੱਟ ਨਹੀਂ ਹੋਣੇ ਚਾਹੀਦੇ? ਇੱਕੋ ਫਾਈਨਲ ਦੱਸ ਦਿਓ, 5,25,000 ਤੋਂ 100 ਘੱਟ ਨਹੀਂ ਹੋਣਾ। ਦੋਸਤੋ ਚੁਆਈਆਂ ਵੀ ਦੋਸਤਾਂ ਦੇ ਸਾਹਮਣੇ ਨੇ, ਜੋਟੀ ਵੀ ਸਾਹਮਣੇ, ਮਾਸ਼ਾਅੱਲਾ ਪੂਰੀ ਕਾਗਜ਼ੀ ਔਰ ਬਰੀਕ ਕੱਚ ਦੀਆਂ ਅੱਡੀਆਂ ਵਾਲੀ, ਇੱਥੋਂ ਖੁਦ ਨੇ ਅੰਦਾਜ਼ਾ ਲਾ ਲੈਣੇ ਨੇ, ਔਰ ਜੋਟੀ ਦੇ ਹਵਾਨੇ ਤੋਂ ਵੇਖ ਲੈਣਾ ਕਿ ਕਿੰਝ ਦਾ ਝਾੜ ਕੀਤੇ, ਕੋਈ ਗਿਰ ਨਹੀਂ, ਕੋਈ ਗੁਸ਼ਤ ਨਹੀਂ। 5,40,000 ਡਿਮਾਂਡ ਹੈ, 5,25,000 ਰੁਪਈਆ ਫਾਈਨਲ ਹੈ। ਉਮੀਦ ਹੈ ਵੀਡੀਓ ਦੋਸਤਾਂ ਨੂੰ ਪਸੰਦ ਆ ਸੀ, ਵੀਡੀਓ ਪਸੰਦ ਆਏ ਲਾਈਕ ਸ਼ੇਅਰ ਔਰ ਮੁਹੱਬਤ ਵਾਲੇ ਕਮੈਂਟ ਲਾਜ਼ਮੀ ਕਰਨੇ ਨੇ। ਨੰਬਰ 0300 33 92 728। ਸਾਨੂੰ ਦਿਓ ਇਜਾਜ਼ਤ, ਨਵੀਂ ਅੱਛੀ ਬਿਹਤਰੀਨ ਵੀਡੀਓ ਲੈ ਕੇ ਆਵਾਂਗੇ। ਹਾਜ਼ਰ, ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।